ਮੈਂ ਕਹਿੰਦੀ ਐਂ ਲੱਗਾ ਵੀ ਸਵਰਗ ਦੇ ਵਿੱਚ ਆ ਗਏ ਹਾਂ ਜੀ, ਅਤੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਹੋ ਰਿਹਾ ਅਤੇ ਸਾਰੀ ਸੰਗਤ ਗਾਗਰ ਲੈ ਕੇ ਮਗਰ ਮਗਰ ਗਈ ਦਰਬਾਰ ਸਾਹਿਬ 'ਚ ਗਏ ਅਤੇ ਉੱਥੇ ਇਸ਼ਨਾਨ ਕਰਾਇਆ ਗਿਆ ਗੁਰੂ ਸਾਹਿਬਾਨ ਨੂੰ। ਮੈਂ ਸੱਚੀ ਕਹਿੰਦੀ ਹਾਂ ਜੀ, ਮੈਨੂੰ ਐਂ ਲੱਗਦਾ ਵੀ ਜ਼ਿੰਦਗੀ 'ਚ ਬਹੁਤ ਚੰਗੇ ਕੰਮ ਕੀਤੇ ਸੀ, ਪਤਾ ਨਹੀਂ ਇਹੋ ਜਿਹੇ ਰੁਝੇਵਿਆਂ ਜਾ ਹੀ ਨਹੀਂ ਹੁੰਦਾ, ਕਿਤੇ ਨਿਕਲ ਹੀ ਨਹੀਂ ਹੁੰਦਾ ਵੀ ਸਾਨੂੰ ਇੱਦਾਂ ਲੱਗਾ ਕਾਮਯਾਬ ਨਹੀਂ ਜਿਵੇਂ ਅਸੀਂ ਕਿਸੇ ਟੂਰ 'ਤੇ ਗਏ ਹੋਈਏ। ਉਹ ਜਿਉਂ ਜਿਉਂ ਜੱਥਾ ਬੰਦਾ ਗਿਆ, ਭਰਦੇ ਗਏ, ਸੰਗਤ ਭਰਦੀ ਗਈ, ਫਿਰ ਲੱਗਾ ਜਿਵੇਂ ਅਸੀਂ ਨਾ ਚਾਰੇ ਧਾਮ ਦੀ ਯਾਤਰਾ ਕਰਨੀ ਹੁੰਦੀ ਹੈ। ਜਿਵੇਂ ਜਿਹੜਾ ਵੀ ਕਿਰਦਾਰ ਦੇਖ ਰਹੇ ਸੀ ਨਾ, ਭਾਵੇਂ ਉਹ ਗਿੱਪੀ ਭਾਜੀ ਦਾ ਸੀਗਾ ਇੱਕ ਮੂਮੈਂਟ, ਤਾਂ ਲੱਗ ਰਿਹਾ ਸੀ ਵੀ ਇਹ ਜੀ ਹੋਣਾ ਚਾਹੀਦਾ। ਮੈਨੂੰ ਇਹ ਲੱਗਦਾ ਕਿ ਅਰਦਾਸ ਕਰਕੇ ਜਾਂ ਅਸੀਂ ਕਿਰਦਾਰਾਂ ਨੂੰ ਦੇਖ ਕੇ ਸਾਰੇ ਕੋਈ ਨਾ ਕੋਈ ਰੋਇਆ ਹੈ ਫਸਟ ਹਾਫ ਤੋਂ ਬਾਅਦ, ਤਾਂ ਮਤਲਬ ਹਰ ਸੀਨ 'ਚ ਰੋਏ ਹਾਂ ਕਿਉਂਕਿ ਫਿਲਮ ਦੇਖਣਾ ਐਂ ਲੱਗਿਆ ਵੀ ਜੇ ਕੋਈ ਬਜ਼ੁਰਗ ਦੇਖਦਾ ਉਹਨੂੰ ਲੱਗਦਾ ਤਾਂ ਮੇਰੀ ਕਹਾਣੀ ਹੈ, ਕੋਈ ਜਵਾਨ ਦੇਖਦਾ ਉਹਨੂੰ ਲੱਗਦਾ ਮੇਰੀ ਕਹਾਣੀ ਹੈ, ਕੋਈ ਬੱਚਾ ਦੇਖਦਾ ਉਹਨੂੰ ਲੱਗਦਾ ਇਹ ਮੇਰੀ ਕਹਾਣੀ ਹੈ। ਕਿ ਜਿਹੜੇ ਨਹੀਂ ਜਾ ਸਕੇ ਸਾਡੇ ਵਰਗੇ ਕਦੇ, ਉਹ ਦੇਖ ਕੇ ਹੀ ਮੈਨੂੰ ਲੱਗਦਾ ਅੱਜ ਬਹੁਤ ਹਲਕਾ ਫੀਲ ਕਰਕੇ ਜਾਣਗੇ, ਹੈ ਨਾ? ਪਰ ਤੁਸੀਂ ਤਾਂ ਉੱਥੇ ਅਸਲ ਦੇ ਵਿੱਚ ਰਹੇ ਹੋ, ਮੈਂ ਸੁਣਿਆ ਰਾਤੀ 2:30 ਵਜੇ ਉੱਠ ਕੇ ਤੇ ਤੁਸੀਂ ਦਰਸ਼ਨ ਵੀ ਬੜੇ ਸੋਹਣੇ ਕੀਤੇ। ਬਿਲਕੁਲ ਬਿਲਕੁਲ, ਅਸੀਂ ਉੱਠੇ, ਮੈਂ ਰਿਸ਼ੀ ਮੈਮ ਨੂੰ ਕਿਹਾ, ਰਿਸ਼ੀ ਮੈਮ ਕਹਿੰਦੇ ਮੈਥੋਂ ਪਤਾ ਨਹੀਂ ਤੁਰ ਕੇ ਐਡੇ ਵੀ ਜਾਇਆ ਜਾਊ ਜਾਂ ਨਹੀਂ, ਕਿਉਂਕਿ ਉਹ ਲੰਬਾ ਤੁਰਨਾ ਪੈਂਦਾ ਜਦੋਂ ਗਾਗਰ ਭਰ ਕੇ ਲੈ ਕੇ ਜਾਂਦੇ ਆ। ਪਰ ਨਹੀਂ, ਪਹਿਲਾਂ ਤਾਂ ਉਹ ਕਹਿੰਦੇ ਵੀ ਮੈਂ ਨਾ ਉੱਠੂੰਗੀ ਨਹੀਂ ਵੀ ਤੁਸੀਂ ਜਾਇਆ ਹੋ, ਮੁੜ ਕੇ ਮੈਂ ਦੇਖਿਆ ਤਾਂ ਮੇਰੇ ਨਾਲ ਵੀ ਪਹਿਲਾਂ ਨਹਾ ਕੇ ਬੈਠੇ ਹੋਏ ਨੇ। ਅਤੇ ਫਿਰ ਅਸੀਂ ਉੱਠ ਕੇ ਸਵੇਰੇ 2 ਵਜੇ ਗਏ ਉੱਥੇ ਗਾਗਰ ਭਰੀ। ਮੈਂ ਕਹਿੰਦੀ ਐਂ ਲੱਗਾ ਵੀ ਸਵਰਗ ਦੇ ਵਿੱਚ ਆ ਗਏ ਹਾਂ ਜੀ, ਅਤੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਹੋ ਰਿਹਾ ਅਤੇ ਸਾਰੀ ਸੰਗਤ ਗਾਗਰ ਲੈ ਕੇ ਮਗਰ ਮਗਰ ਗਈ ਦਰਬਾਰ ਸਾਹਿਬ 'ਚ ਗਏ ਅਤੇ ਉੱਥੇ ਇਸ਼ਨਾਨ ਕਰਾਇਆ ਗਿਆ ਗੁਰੂ ਸਾਹਿਬਾਨ ਨੂੰ। ਮੈਂ ਸੱਚੀ ਕਹਿੰਦੀ ਹਾਂ ਜੀ, ਮੈਨੂੰ ਐਂ ਲੱਗਦਾ ਵੀ ਜ਼ਿੰਦਗੀ 'ਚ ਬਹੁਤ ਚੰਗੇ ਕੰਮ ਕੀਤੇ ਸੀ ਜਿਹੜਾ ਇਸ ਫਿਲਮ ਦਾ ਹਿੱਸਾ ਬਣੇ ਆ, ਅਦਰਵਾਈਜ਼ ਤਾਂ ਪਤਾ ਨਹੀਂ ਇਹੋ ਜਿਹੇ ਰੁਝੇਵਿਆਂ ਜਾ ਹੀ ਨਹੀਂ ਹੁੰਦਾ, ਕਿਤੇ ਨਿਕਲ ਹੀ ਨਹੀਂ ਹੁੰਦਾ। ਔਰ ਸੱਚੀ ਕਹਿੰਦੀ ਹਾਂ, ਮੈਂ ਥੈਂਕਸ ਕਰਦੀ ਹਾਂ ਹੰਬਲ ਮੋਸ਼ਨ ਪਿਕਚਰਸ ਦਾ, ਖਾਸ ਕਰ ਗਿੱਪੀ ਗਰੇਵਾਲ ਦਾ, ਵੀ ਸਾਨੂੰ ਇੱਦਾਂ ਲੱਗਾ ਕਾਮਯਾਬ ਨਹੀਂ ਜਿਵੇਂ ਅਸੀਂ ਕਿਸੇ ਟੂਰ 'ਤੇ ਗਏ ਹੋਈਏ। ਉਹ ਜਿਉਂ ਜਿਉਂ ਜੱਥਾ ਬੰਦਾ ਗਿਆ, ਭਰਦੇ ਗਏ, ਸੰਗਤ ਭਰਦੀ ਗਈ, ਫਿਰ ਲੱਗਾ ਜਿਵੇਂ ਅਸੀਂ ਨਾ ਚਾਰੇ ਧਾਮ ਦੀ ਯਾਤਰਾ ਕਰਨੀ ਹੁੰਦੀ ਹੈ, ਜਿਵੇਂ ਇੱਦਾਂ ਫੀਲ ਹੋਇਆ। ਔਰ ਉਹ ਨਸ਼ਾ ਅੱਜ ਵੀ ਨਹੀਂ ਉਤਰਿਆ। ਨਹੀਂ ਬਿਲਕੁਲ ਉਤਰਨਾ ਚਾਹੀਦਾ ਵੀ ਨਹੀਂ, ਅਤੇ ਮੈਨੂੰ ਲੱਗਦਾ ਹੁਣ ਆਡੀਅੰਸ ਦਾ ਵੀ ਨਹੀਂ ਉਤਰਨਾ, ਨਹੀਂ ਉਤਰਨਾ। ਮਤਲਬ ਜਿਹੜਾ ਵੀ ਕਿਰਦਾਰ ਦੇਖ ਰਹੇ ਸੀ ਨਾ, ਭਾਵੇਂ ਉਹ ਗਿੱਪੀ ਭਾਜੀ ਦਾ ਸੀਗਾ ਇੱਕ ਮੂਮੈਂਟ, ਤਾਂ ਲੱਗ ਰਿਹਾ ਸੀ ਵੀ ਇਹ ਜੀ ਹੋਣਾ ਚਾਹੀਦਾ। ਪਰ ਜਦੋਂ ਅੱਜ ਫਿਲਮ ਦੇਖ ਰਹੇ ਸੀ ਤੇ ਇੱਕ ਕਲਾਕਾਰ ਦੇ ਤੌਰ ਤੇ ਤੁਹਾਡੀਆਂ ਵੀ ਹੈ ਪੱਬਾਂ ਨਿਕਲੀਆਂ ਨੇ। ਬਿਲਕੁਲ ਪੱਬਾਂ ਨਿਕਲੀਆਂ, ਸੱਚੀ ਕਹਿੰਦੀ ਹਾਂ। ਫਸਟ ਹਾਫ ਤੋਂ ਬਾਅਦ ਤਾਂ ਮਤਲਬ ਹਰ ਸੀਨ 'ਚ ਰੋਏ ਹਾਂ ਕਿਉਂਕਿ ਫਿਲਮ ਦੇਖਣਾ ਐਂ ਲੱਗਿਆ ਵੀ ਜੇ ਕੋਈ ਬਜ਼ੁਰਗ ਦੇਖਦਾ ਉਹਨੂੰ ਲੱਗਦਾ ਤਾਂ ਮੇਰੀ ਕਹਾਣੀ ਹੈ, ਕੋਈ ਜਵਾਨ ਦੇਖਦਾ ਉਹਨੂੰ ਲੱਗਦਾ ਮੇਰੀ ਕਹਾਣੀ ਹੈ, ਕੋਈ ਬੱਚਾ ਦੇਖਦਾ ਉਹਨੂੰ ਲੱਗਦਾ ਇਹ ਮੇਰੀ ਕਹਾਣੀ ਹੈ। ਉਹ ਸੱਚੀ ਜਦੋਂ ਸੀਨ ਵਾਈਜ਼ ਕਰਦੇ ਹਾਂ ਫਿਲਮ, ਕਦੇ ਕੋਈ ਸੀਨ ਹੋਊਗਾ ਕਦੇ ਕੋਈ, ਉਦੋਂ ਨਹੀਂ ਪਤਾ ਹੁੰਦਾ ਕੀ ਹੈ, ਬਟ ਜਦੋਂ ਫਿਲਮ ਜੁੜ ਕੇ ਆਉਂਦੀ ਹੈ ਉਦੋਂ ਲੱਗਦਾ ਵੀ ਇੱਕ ਜ਼ਿੰਦਗੀ ਹੈ ਜਿਹੜੀ ਸਕਰੀਨ 'ਤੇ, ਇੱਕ ਜ਼ਿੰਦਗੀ ਹੈ ਜਿਹੜੀ ਜਿਉਂ ਹੀ ਜਾ ਰਹੀ ਹੈ। ਬਟ ਸੱਚੀ ਇੰਨੀ ਸੋਹਣੀ ਫਿਲਮ ਹੈ ਜਿਹੜੀ ਜ਼ਿੰਦਗੀ ਨੂੰ ਜਿਉਣ ਦੀਆਂ ਗੱਲਾਂ ਕਰਦੀ ਹੈ,
ਹੈ ਨਾ, ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦੀਆਂ ਗੱਲਾਂ ਕਰਦੀ ਹੈ, ਸਰਬੱਤ ਦੇ ਭਲੇ ਦੀਆਂ ਗੱਲਾਂ ਕਰਦੀ ਹੈ। ਸੱਚੀ ਇੱਦਾਂ ਦੀਆਂ ਫਿਲਮਾਂ ਕਦੇ ਕਦੇ ਹੀ ਬਣਦੀਆਂ। ਮੈਂ ਕਮਿਆਂ ਲਈ ਇਹੀ ਕਹੂੰਗੀ ਕਿ ਇੰਨੀ ਸੋਹਣੀ ਫਿਲਮ ਹੈ, ਸਾਨੂੰ ਮਿਸ ਨਹੀਂ ਕਰਨੀ ਚਾਹੀਦੀ। ਸਾਡਾ ਆਪਾਂ ਸਾਨੂੰ ਪ੍ਰਾਊਡ ਫੀਲ ਹੁੰਦਾ ਕਿ ਅਸੀਂ ਫਿਲਮ ਦਾ ਹਿੱਸਾ ਹੈ, ਔਰ ਸਾਡੀ ਪੰਜਾਬੀ ਇੰਡਸਟਰੀ ਨੂੰ ਬੜੇ ਮਾਣ ਨਾਲ ਸਾਡੀ ਇੰਡਸਟਰੀ ਕਹੂਗੀ ਕਿ ਹਾਂ ਸਾਡੇ ਕੋਲ ਅਰਦਾਸ ਵਰਗੀ ਫਿਲਮ ਹੈਗੀ ਹੈ। ਬਿਲਕੁਲ, ਜੋ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ। ਬਹੁਤ ਸ਼ੁਕਰੀਆ, ਥੈਂਕ ਯੂ।